ਉਹ ਸ਼ਤਰੂ ਉਹ ਨਹੀਂ ਸ਼ਤਰੂ ਜਿਹੜਾ ਸ਼ਤਰੂ ਬੰਦਾ ਹੈ ਉਹ ਆਪ ਸ਼ਤਰੂ ਹੈ ਅਸਲ ਜਿਹੜਾ ਸ਼ਤਰੂ ਕਿਸੇ ਨੂੰ ਬੰਦਾ ਹੀ ਨਹੀਂ ਉਹ ਸ਼ਤਰੂ ਹੈ ਹੀ ਨਹੀਂ ਕਿਸੇ ਨੂੰ ਜਿਹੜਾ ਕਹਿੰਦਾ ਮੈਂ ਕਹਿੰਦਾ ਸ਼ਤਰੂ ਨਹੀਂ ਮੇਰਾ ਕੋਈ ਸ਼ਤਰੂ ਨਹੀਂ ਜਿਹੜਾ ਸਮਝਦਾ ਵੀ ਗੁਰਮੁਖ ਸਾਡਾ ਸ਼ਤਰੂ ਹੈ ਸਾਡੀ ਮਾਤ ਨੂੰ ਖਤਰਾ ਹੈ ਤੂੰ ਅਸਲ ਜੋ ਸ਼ਤਰੂ ਆਪ ਹੈ ਉਹ ਕੀ ਹੋਊਗਾ ਬਲੋਕ ਚ ਪੈਂਗਾ ਉਹਨਾਂ ਦਾ ਨਾਸ ਹੋ ਜਾਣਾ ਉਹ ਨਹੀਂ ਰਹਿਣੇ ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਣਾ ਜਿਹੜੇ ਸੱਚ ਦਾ ਵਿਰੋਧ ਕਰਨੇ ਨੇ ਨਾਮ ਨਿਸ਼ਾਨ ਨਹੀਂ ਰਹਿਣਾ ਉਹਨਾਂ ਦਾ ਔਰ ਜਿਹੜੇ ਸਾਧ ਨੇ ਉਹਨਾਂ ਦਾ ਕੱਖ ਵਿਗੜਨਾ ਨਹੀਂ ਉਹਨਾਂ ਦਾ ਵਿਗੜਨਾ ਕੁਛ ਨਹੀਂ ਉਹਨਾਂ ਦਾ ਰਹਿਣਾ ਕੁਛ ਨਹੀਂ ਗੱਲ ਆਹ ਹੈ ਮਾਨਵ ਇੰਦਰ ਗਜਿੰਦਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਮਾਨਵ ਆਦਮੀ ਇੰਦਰ ਗਜਿੰਦਰ ਇੰਦਰ ਤੇ ਵੱਡਾ ਜਿਹੜਾ ਉਹਨੂੰ ਗਜਿੰਦਰ ਕਹਿੰਦੇ ਸੀ ਗਜਿੰਦਰ ਦਾ ਮਤਲਬ ਹੱਥੀ ਨਹੀਂ ਹੁੰਦਾ ਉਹੀ ਗੱਲ ਆ ਗਈ ਇੰਦਰ ਨਾਲ ਸ਼ਕਤੀਸ਼ਾਲੀ ਹੈ ਜਿਹੜਾ ਉਹ ਕੌਣ ਹੈ ਉਹ ਹੀ ਹੈ ਜਿਹਨਾਂ ਨੇ ਇੰਦਰ ਭਜਾਤਾ ਸੀ ਇੰਦਰ ਦਾ ਧਨ ਕਾਲ ਕੇ ਜਾਂ ਗਿਰਕਾ ਲਸਤਰ ਹੈ ਉਹਨੂੰ ਗਜਿੰਦਰ ਕਿਹਾ ਹੋਇਆ ਜਿਹਨੇ ਇੰਦਰ ਜਿੱਤ ਲਿਆ ਭਜਾਤਾ ਉਹ ਗਜਿੰਦਰ ਹੈ ਹੰਕਾਰੀ ਹੈ ਤਾਂ ਕਰਕੇ ਗਜਿੰਦਰ ਕਿਹਾ ਹੋਇਆ ਰਾਕਸ਼ ਹੈ ਨਾ ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣਦੇ ਗਜਿੰਦਰ ਹੈ ਉਹ ਹੁਣ ਜੇ ਐਂ ਨਹੀਂ ਸਮਝ ਆਉਣੀ ਚੱਟੀ ਚੰਤਰ ਪੜਿਆ ਹੋਇਆ ਕਰਕੇ ਤੁਹਾਨੂੰ ਸਮਝ ਆਊਗੀ ਇਹਦੀ ਜੋ ਉਹ ਪਹਿਲਾਂ ਨਾ ਪੜ੍ਹਦੇ ਇਹਦੀ ਸਮਝ ਨਹੀਂ ਸੀ ਆਉਣੀ ਜਾਂ ਇੱਥੋਂ ਸਮਝ ਲਈਏ ਉਹਦੀ ਸਮਝ ਆਜੂਗੀ ਜੇ ਇੱਥੋਂ ਗਜਿੰਦਰ ਦੀ ਸਮਝ ਆ ਜਾਏ ਗਜਿੰਦਰ ਕੀ ਹੈ ਫਿਰ ਉੱਥੇ ਸਮਝ ਆਜੂਗੀ ਵੀ ਕੀ ਹੈ ਫਾਇਦਾ ਇੰਦਰ ਉੱਥੇ ਹਾਥੀ ਦਾ ਕੀ ਘੁੰਮਾ ਗਿਆ ਵੀ ਆਦਮੀਆਂ ਦੇ ਵਿੱਚ ਆਦਮੀਆਂ ਦਾ ਹਾਥੀ ਨਾਲ ਕੀ ਮੁਕਾਬਲਾ ਜਿਹਨੇ ਇੰਦਰ ਨੂੰ ਹਰਾਤਾ ਭਜਾਤਾ ਰਾਜ ਖੋਹ ਲਿਆ ਉਹ ਗਜਿੰਦਰ ਹੈ ਇੰਦਰ ਦੇ ਨਾਲ ਗਜਿੰਦਰ ਲਾਇਆ ਹੋਇਆ ਹੁਣ ਇਹ ਹੀ ਥਿਊਰੀ ਚੱਲੂਗੀ ਦਸ ਗ੍ਰੰਥ ਦੇ ਵਿੱਚ ਹਾਂ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਜਿਹਦਾ ਤਿੰਨਾਂ ਲੋਕਾਂ 'ਚ ਰਾਜ ਹੋਊ ਤਿੰਨਾਂ ਲੋਕਾਂ 'ਚ ਰਾਜ ਆਇਆ ਹੁੰਦਾ ਉਹ ਜਿਹੜੇ ਜਲ ਦੇ ਜੀਵ ਨੇ ਉਹ ਜਿਹਦੇ ਕੋਲ ਭਾਈ ਏਰੀਆ ਸਮੁੰਦਰ ਦਾ ਸਮੁੰਦਰ 'ਚੋਂ ਕੁਛ ਲੱਭ ਵੀ ਉਹਦਾ ਹੀ ਹੈ ਮੱਛੀਆਂ ਫੜ ਲਵੇ ਕੁਛ ਫੜ ਲਵੇ ਉੱਥੋਂ ਰਾਜ ਇਹ ਉਹਦਾ ਉੱਥੇ ਹੋਰ ਕੀ ਹੈ ਵੀ ਜੋ ਕੋਈ ਸਮੁੰਦਰ ਦੇ ਵਿੱਚ ਆ ਕੋਈ ਗੈਸ ਨਿਕਲੇ ਕੁਛ ਵੀ ਨਿਕਲੇ ਉਹਦਾ ਹੀ ਹੈ ਜੋ ਮਰਜ਼ੀ ਕੱਢ ਲਵੇ ਜੇ ਸਮੁੰਦਰ ਦਾ ਮਾਲਕ ਹੈ ਹੋਊ ਤਾਂ ਮਾਨਵੇ ਹਾਂਜੀ ਤਾਂ ਲੋਕ ਕੋ ਰਾਜ ਕਰੇਗੇ ਕੋਟ ਇਸ਼ਨਾਨ ਗਜਾ ਅਧਿਕ ਦਾਨ ਬਾਕੀ ਪਹਾੜਾਂ ਦੇ ਵਿੱਚ ਹੈ ਪਹਾੜ ਨੇ ਉੱਥੇ ਆਦਮੀ ਵੀ ਨਹੀਂ ਹੁੰਦਾ ਉੱਥੇ ਵੀ ਰਾਜ ਹੈ ਰਾਜ ਹੈ ਨਦੀਆਂ ਦਾ ਪਾਣੀ ਉੱਥੋਂ ਹੁੰਦਾ ਉਹ ਪਾਣੀ ਪਿੱਛੇ ਰੌਲਾ ਹੁਣ ਜੇ ਉੱਥੇ ਡੈਮ ਬਣਾਉਣਾ ਹੋਵੇ ਜਿਹਦੇ ਕੋਲ ਉਹ ਵੀ ਬਣਾਊਗਾ ਨਾ ਉਹਨਾਂ ਦੇ ਏਰੀਏ ਦੇ ਜਿਹੜਾ ਪਾਣੀ ਹੈ ਉਹ ਕਹਿੰਦੇ ਸਾਨੂੰ ਰਾਇਲਟੀ ਦਿਓ ਰਾਜ ਹੈ ਤਾਂ ਹੀ ਮੰਗਦੇ ਰਾਇਲਟੀ ਹੋਰ ਪਦਾਰਥ ਨਿਕਲ ਸਕਦੇ ਥੱਲਿਓ ਪਹਾੜਾਂ ਦੇ ਵਿੱਚੋਂ ਕੁਛ ਵੀ ਨਿਕਲ ਸਕਦਾ ਥੱਲਿਓ ਉੱਥੇ ਵੀ ਜਿਹਦਾ ਰਾਜ ਹੈ ਜਿਹਦੇ ਰਾਜ ਦੇ ਅਧੀਨ ਹੈ ਉਹੀ ਉੱਥੇ ਦੇ ਪ੍ਰੋਪਰਟੀ ਦਾ ਮਾਲਕ ਹੈ ਕੋਟ ਇਸ਼ਨਾਨ ਗਜਾਦਿਕ ਦਾਨ ਕੋਟ ਇਸ਼ਨਾਨ ਕਰੋੜਾਂ ਇਸ਼ਨਾਨ ਕਰੇ ਗਜ ਆਦਿਕ ਦਾਨ ਹਾਥੀ ਦਾਨ ਕਰੇ ਇੱਥੇ ਇੱਥੇ ਦੇਖੋ ਗਜਿੰਦਰ ਨਹੀਂ ਆਇਆ ਗਜ ਆਦਿਕ ਆਇਆ ਗਜ ਆਦਿਕ ਹਾਥੀ ਅਨੇਕ